ਦੂਜੇ ਪਾਸੇ ਬਹਿ ਗਿਆ ਨਾ ਹੁਣ ਪੂਰੇ ਨਜ਼ਾਰੇ ਲੈਣੇ ਹੁਣ ਆਪਾਂ ਸਵਾਦ ਆ ਰਿਹਾ ਪੂਰਾ ਐਂ ਚੱਲ ਕੇ ਨਜ਼ਾਰੇ ਅੰਗਰੇਜ਼ਾਂ ਵਾਲੀ ਫੀਲਿੰਗ ਆ ਰਹੀ ਐ ਬੈਗ ਰੋੜ ਕੇ ਚੱਲਿਆ ਮਨਾਲੀ ਨੂੰ ਚੰਡੀਗੜ੍ਹ ਪਹੁੰਚ ਗਏ ਹੁਣ ਆਪਾਂ ਪਾਪੀ ਦਾ ਮੈਸੇਜ ਆ ਗਿਆ ਚੱਲ ਕਰ ਲੈ ਗੱਲ ਕੋਈ ਨੀ ਅਸੀਂ ਚੱਲੇ ਜੀ ਮਨਾਲੀ ਚੰਡੀਗੜ੍ਹ ਤੋਂ ਰਾਤ ਨੂੰ ਨਜ਼ਾਰੇ ਪੂਰੇ ਆ ਬੈਗ ਟੁੱਕਦਾ ਟੁੱਕਦਾ ਹੁਣ ਜਿਹੜੀ ਉਧਰ ਹੁਣ ਚਾਹ ਪੀ ਲਈਏ ਯਾਰ ਠੰਡ ਬਹੁਤ ਆ ਬਾਹਰ ਠੰਡ ਇੰਨੀ ਹੋ ਗਈ ਰਾਤ ਦੇ 12 ਵਜੇ ਪਏ ਨੇ ਹੈਂ ਅਸੀਂ ਆ ਗਏ ਜੀ ਢਾਬੇ ਤੇ ਰਾਤ ਨੂੰ 12 ਵਜੇ ਵੀਡੀਓ ਫੂਕਦੇ ਨੇ ਭੈਣਾਂ ਦੇ ਯਾਰ ਅੱਧੀ ਰਾਤ ਹੋਈ ਪਈ ਆ 12 ਵਜੇ ਆਪਾਂ ਚਾਹ ਪੀਣ ਲੱਗ ਗਏ ਹਾਂ 1 ਵਜ ਗਿਆ ਹਾਂ 1 ਵਜ ਗਿਆ ਗੱਲ ਨਹੀਂ ਕੱਢਣੀ ਵੀਡੀਓ ਬਣਦੀ ਆ ਇਹ ਮੈਂ ਤਾਂ ਹੀ ਪਈ ਵਿਜ਼ੀਬਿਲਟੀ ਤਾਂ ਹੈ ਹੀ ਨਹੀਂ ਜਮੀ ਜ਼ੀਰੋ ਆ ਵਿਜ਼ੀਬਿਲਟੀ ਜ਼ੀਰੋ ਵਿਜ਼ੀਬਿਲਟੀ ਹੋਈ ਪਈ ਆ ਅਸੀਂ ਜਾ ਰਹੇ ਹਾਂ ਜੀ ਬਨੀਕਰਨ ਸਾਹਿਬ ਰਾਤ ਚੱਲੀ ਸੀ 10:30 ਵਜੇ ਧੁੰਦ ਧੁੰਦ ਕਰਕੇ ਲੇਟ ਹੋ ਗਿਆ ਸੀ ਹਜੇ ਤੱਕ ਪਹੁੰਚੇ ਨਹੀਂ ਰਸਤੇ ਵਿੱਚ ਹੀ ਅਜੇ ਸਵੇਰ ਦੇ 9 ਵੱਜ ਗਏ ਹੁਣ ਇੱਥੇ ਰੁਕੇ ਸੀ ਇੱਕ ਨਦੀ ਦੇ ਆਲੇ ਦੁਆਲੇ ਪਹੁੰਚਦੇ ਹੁਣ ਬਸ ਘੰਟਾ ਕੁ ਲੱਗੂ ਹੋਰ ਚਾਹ ਪਾਣੀ ਲੇਟ ਕਰਾਤਾ ਯਾਰ ਤੈਂ ਉਹ ਸਾਰੇ ਅੱਗੇ ਚਲੇ ਗਏ ਹੁਣ ਛੇਤੀ ਛੇਤੀ ਚੱਲ ਆ ਜਾ ਆਪਾਂ ਪਿੱਛੇ ਆਪਾਂ ਪਿੱਛੇ ਰਹਿ ਗਏ ਆਹ ਦੇਖੋ ਜੀ ਨਜ਼ਾਰਾ ਦੇਖੋ ਤੁਸੀਂ ਆਲੇ ਦੁਆਲੇ ਉਹਨੂੰ ਕਹਿਣਾ ਚੱਲੇ ਜੀ ਮਨੀਕਰਨ ਸਾਹਿਬ ਉੱਥੇ ਜਾ ਕੇ ਨਹਾਵਾਂਗੇ ਧੋਵਾਂਗੇ ਇਸ਼ਨਾਨ ਕਰਾਂਗੇ ਰੈਡੀ ਹੋਵਾਂਗੇ ਫਿਰ ਉੱਥੇ ਠੰਡ ਬਹੁਤ ਹੋਰ ਕੀ ਹੋ ਰਹੇ ਉਹ ਥੱਲੇ ਚਲੇ ਗਏ ਉਹਦੇ ਆਪਾਂ ਥੱਲੇ ਜਾਣਾ ਹੁਣ ਕੀ ਹੋ ਗਿਆ ਕੁਛ ਨੀ ਇਹ ਤਾਂ ਗੰਦਾ ਹੀ ਹੋਇਆ ਮਾੜਾ ਮੋਟਾ ਆ ਜਾ ਸਾਫ਼ ਹੋ ਜਾਣਾ ਇੱਕ ਘਰੇ ਭੁੱਲਿਆ ਕੋਈ ਨੀ ਫਿਰ ਕੀ ਹੁਣ ਇੱਕ ਨਾਲੇ ਸਾਰ ਲਾਂਗੇ ਉਹ ਸਾਹਮਣੇ ਹੈਗਾ ਜੀ ਸਰੋਵਰ ਉੱਥੇ ਆਉਂਦਾ ਪੂਰਾ ਗਰਮ ਪਾਣੀ ਇੱਥੇ ਠੰਡਾ ਪਾਣੀ ਅਤੇ ਉੱਥੇ ਗਰਮ ਪਾਣੀ ਇਹੀ ਕੁਦਰਤ ਆ ਜੀ ਫਿਰ ਮਨੀਕਰਨ ਸਾਹਿਬ ਗੁਰਦੁਆਰਾ ਸਾਹਿਬ ਆ ਜੀ ਇਹ ਭਾਫਾਂ ਨਿਕਲਦੀਆਂ ਨੇ ਆਉਂਦਾ ਜੀ ਸਾਰਾ ਗਰਮ ਪਾਣੀ ਇਹ ਕੁਦਰਤੀ ਤੌਰ 'ਤੇ ਗਰਮ ਹੁੰਦਾ ਜੀ ਇਸ਼ਨਾਨ ਕਰਨ ਲਈ ਇੱਥੇ ਗਰਮ ਪਾਣੀ ਆਉਂਦਾ ਸਾਰਾ ਲਓ ਜੀ ਅਸੀਂ ਹੋ ਗਏ ਰੈਡੀ ਹੁਣ ਚੱਲੇ ਹਾਂ ਮਨੀਕਰਨ ਸਾਹਿਬ ਤੋਂ ਹੁਣ ਅਸੀਂ ਅੱਗੇ ਚੱਲੇ ਹਾਂ ਮਨਾਲੀ ਹੁਣ ਤੂੰ ਗੋ ਕਮੈਂਟ ਉਹ ਤੂੰ ਗਰਾਮਰ ਛੱਡ ਆ ਦੇਖ ਅੱਛਾ ਮਤਲਬ ਕਿ ਹੁਣ ਮਨਾਲੀ ਨੂੰ ਜਾ ਰਹੇ ਹਾਂ ਹੁਣ ਚੱਲੇ ਜੀ ਮਨਾਲੀ ਨੂੰ ਆਇਓ ਫਿਰ ਲੈ ਕੇ ਚੱਲੀਏ ਤੁਹਾਨੂੰ ਮਨਾਲੀ ਦੇਖੋ ਤਾਂ ਸੋਹਣੇ ਲੱਗਦੇ ਜੀ ਸੋਹਣੇ ਤਾਂ ਹੈਗੇ ਆਪਾਂ ਸੋਹਣੇ ਵਾਲੇ ਤਾਂ
ਚੱਲੀਏ ਜੀ ਫਿਰ ਮਨਾਲੀ ਨੂੰ। ਆ ਜਾਓ ਆ ਜਾਓ ਓਏ, ਛੇਤੀ ਤੁਰਿਆ, ਆਪਣੇ ਨਾਲ ਦੇ ਸਾਰੇ ਚਲੇ ਗਏ, ਲੇਟ ਹੋਈ ਜਾਂਦੇ ਆਪਾਂ। ਟਰੈਕਿੰਗ ਸ਼ੁਰੂ ਹੋ ਗਈ, ਟਰੈਕਿੰਗ ਹੁਣ ਆਪਾਂ ਚੱਲੇ ਹਾਂ ਉੱਪਰ ਪਹਾੜ 'ਤੇ। ਬਸ ਅਸੀਂ ਚੱਲ ਅਸੀਂ ਚਲੇ ਜਾਣਾ ਆਪਾਂ ਤੁਰ ਤੁਰ ਕੇ, ਨਾਲ ਨਦੀ ਚੱਲ ਰਹੀ ਹੈ, ਘੈਂਟ ਨਜ਼ਾਰਾ ਹੋ ਰਿਹਾ ਪੂਰਾ। ਹੈਂ ਲਓ ਜੀ, ਅਸੀਂ ਕਰ ਰਹੇ ਹੁਣ ਟਰੈਕਿੰਗ। ਆਹ ਦੇਖੋ ਜੀ ਟਰੈਕਿੰਗ ਚੱਲ ਰਹੀ ਹੁਣ, ਟਰੈਕਿੰਗ ਹਾਂ ਆਈ ਹਾਂ ਫਿਰ। ਟਰੈਕਿੰਗ ਕਰਨ 'ਚ ਬੜਾ ਮਜ਼ਾ ਆ ਰਿਹਾ ਜੀ, ਆਸੇ ਪਾਸੇ ਨਜ਼ਾਰਾ ਦੇਖੋ ਤੁਸੀਂ ਕਿੰਨਾ ਵਧੀਆ, ਨਾਲ ਨਾਲ ਲੇਕ ਚੱਲ ਰਹੀ ਹੈ, ਪਹਾੜ ਦੇ ਵਿਊ ਬਹੁਤ ਵਧੀਆ ਜੀ, ਮੌਸਮ ਵੀ ਬਹੁਤ ਵਧੀਆ ਵੀਰੇ। ਥੋੜ੍ਹਾ ਜਿਹਾ ਰਸਤਾ ਉੱਚਾ ਨੀਵਾਂ ਹੋਇਆ ਪਿਆ ਬਹੁਤ, ਪੈਰ ਸਲਿੱਪ ਹੋ ਗਿਆ ਸੀ। ਰੂਮ ਬਹੁਤ ਵਧੀਆ ਜੀ, ਇਹ ਖੁੱਲ੍ਹਾ ਡੁੱਲਾ ਰੂਮ ਆ ਪੂਰਾ, ਟੀਵੀ ਚੱਲਦਾ ਪਿਆ ਪੂਰਾ, ਹਾਂ ਦੇਖੋ ਜੀ ਇਹ ਸਾਡੇ ਰੂਮ ਤੋਂ ਵਿਊ ਹੈ, ਇਹ ਸਾਹਮਣੇ ਹੀ ਗੁਰਦੁਆਰਾ ਸਾਹਿਬ ਆ, ਬਾਬਾ ਜੀ ਦੀ ਬਲੈਸਿੰਗਸ ਲੈ ਲਓ ਪਹਿਲਾਂ ਹੀ, ਫਿਰ ਉਹ ਪਿੱਛੇ ਦੇਖਦੇ ਆ ਸਨੋਹ ਵਾਲੇ ਪਹਾੜ, ਬਰਫ਼ਬਾਰੀ ਹੋਈ ਹੋਈ ਹੈ ਪੂਰੀ ਉੱਥੇ। ਅਭੀ ਹੋ ਗਿਆ ਰੈਡੀ? ਹਾਂਜੀ ਹਾਂਜੀ ਹੋ ਗਏ ਜੀ, ਹੋ ਗਏ। ਬੱਲੀ ਪੱਗ ਮਹਾ ਕੱਢਤੀ, ਚੇਲੀਆਂ ਪੱਗਾਂ ਫਿਰ ਪੂਰੀਆਂ ਜੀ ਪੂਰੀਆਂ। ਕਿੱਥੇ ਜਾਣਾ ਜੀ ਘੁੰਮਣ? ਦੁੱਧ ਤੇਰਾ ਸੱਚ ਆਇਆ ਨਹੀਂ ਹੈਗਾ, ਫੋਨ ਕਰ ਲਿਆ ਇਹਨਾਂ ਨੂੰ ਆਪਾਂ। ਚਲ ਕੋਈ ਨਹੀਂ, ਚਲੋ ਆਪਾਂ ਥੱਲੇ ਆ ਕੇ ਦੱਸ ਦਿਆ ਉਹਨਾਂ ਨੂੰ, ਚਲੋ ਥੱਲੇ ਚੱਲੀਏ ਫਿਰ ਆਪਾਂ, ਹੁਣ ਬ੍ਰੇਕਫਾਸਟ ਕਰ ਲਈਏ ਜਾ ਕੇ, ਬ੍ਰੇਕਫਾਸਟ ਦੇਖਦੇ ਕੀ ਮਿਲਦਾ ਅੱਜ। ਲਓ ਜੀ ਦੇਖੋ ਫਿਰ ਮਾਲ ਰੋਡ, ਹੈਗੇ ਮਾਲ ਰੋਡ। ਹਾਂਜੀ ਬੋਲੋ, ਵਿਊ ਦੇਖੋ ਜੀ ਕਿੰਨਾ ਵਧੀਆ, ਪਹਾੜਾਂ ਦੇ ਵਿੱਚ ਮਾਲ ਰੋਡ, ਉੱਪਰ ਬੱਦਲ, ਵਿੱਚ ਸਾਰੀ ਮਾਰਕੀਟ ਆ, ਜੋ ਕੁਛ ਮਰਜ਼ੀ ਲਵੋ ਇੱਥੋਂ। ਹੋਰ ਯਾਰ ਗਰਮੀ ਬਹੁਤ ਹੋ ਰਹੀ, ਤਾਂ ਇੱਥੇ ਤਾਂ ਪੰਜਾਬ ਨਾਲੋਂ ਵੀ ਗਰਮੀ ਆ ਜ਼ਿਆਦਾ, ਇੱਥੇ ਤਾਂ ਜੀ ਪੰਜਾਬ ਨਾਲੋਂ ਵੀ ਜ਼ਿਆਦਾ ਗਰਮੀ ਆ, ਅਸੀਂ ਤਾਂ ਐਵੇਂ ਇੰਨੀਆਂ ਜੈਕਟਾਂ ਚੱਕ ਲਿਆ, ਗਰਮੀ ਲੱਗ ਰਹੀ ਹੋਰੇ ਤਾਂ ਹੁਣ ਪੂਰੇ, ਪੂਰੀ ਗਰਮੀ ਵੀ ਹੈ, ਸੂਰਜ ਨਿਕਲਿਆ ਪੂਰਾ, ਸਾਨੂੰ ਲੱਗਿਆ ਸਨੋਫਾਲ ਹੋਊਗੀ, ਦੇਖਾਂਗੇ ਉਰੇ ਕੁਛ ਵੀ ਨਹੀਂ ਹੈਗਾ, ਦੇਖੋ ਧੁੱਪ ਕਿੰਨੀ ਨਿਕਲੀ ਹੋਈ, ਗਰਮੀ ਲੱਗ ਰਹੀ ਹੈ ਜੈਕਟ 'ਚ ਤਾਂ ਹੁਣ।
ਅਸੀਂ ਆ ਗਏ ਹੁਣ ਰਾਮ ਮੰਦਰ ਟੈਂਪਲ ਇੱਥੇ ਹੈਗਾ ਮਨਾਲੀ 'ਚ ਇਹ ਟੈਂਪਲ ਰਾਮ ਮੰਦਰ ਆਏ ਤੁਹਾਨੂੰ ਉੱਥੇ ਦਿਖਾਉਂਦੇ ਹਾਂ ਅੰਦਰ ਇਹ ਮੰਦਰ ਹੈ ਜੀ ਰਾਮ ਮੰਦਰ ਅਤੇ ਬਾਹਰਲਾ ਵਿਊ ਉਹਦੇ ਰਾਮ ਮੰਦਰ ਇਹ ਹੈਗਾ ਰਾਮ ਮੰਦਰ ਦਾ ਅੰਦਰਲਾ ਵਿਊ ਵਿਊ ਹੈ ਬਹੁਤ ਸੋਹਣਾ ਪਿੱਛੇ ਉਦੋਂ ਰੁਮਾਲ ਵਾਲਾ ਕਰੋਨਾ ਚੱਲਦਾ ਸਾਲਿਆ ਪਰ ਮਾਰ ਮੂਲ ਨਹੀਂ ਹੈ ਬੰਨਣ ਦੀ ਲੋੜ ਹੈਗੀ ਉਰੇ ਨੈਚੁਰਲ ਹਵਾ ਲਓ ਇੱਥੇ ਵੈਦਰ ਹੀ ਬਹੁਤ ਵਧੀਆ ਇੱਥੇ ਦਾ ਸਾਡਾ ਗਰੁੱਪ ਸਾਰਾ 28 ਜਣਿਆਂ ਦਾ 28 ਪੀਪਲਸ ਦੋ ਚਾਰ ਨੂੰ ਜਾਣਦੇ ਵੈਸੇ ਤਾਂ ਅਸੀਂ ਬਾਕੀ ਤਾਂ ਸਾਰੇ ਅਨਨੋਨ ਨੇ ਇਸੀ ਟਰੈਕਿੰਗ ਹੋ ਰਹੀ ਹੈ ਜੀ ਪੂਰੀ ਦੇਖੋ ਕਿੰਨਾ ਵਧੀਆ ਵਿਊ ਹੈ ਸਾਰਾ ਬੋਲੋ ਬੋਲੋ ਵਲੌਗ 'ਚ ਐਡ ਕਰ ਦੇਣਾ ਆਪਾਂ ਸਾਰਾ ਕੁਛ ਬਣਾ ਲਿੱਤੇ ਹੈ ਗਲਤੀ ਕਰ ਲਈ ਕੈਮਰਾ ਨਹੀਂ ਉਠਾਇਆ ਯਹਾਂ ਪੇ ਜਗ੍ਹਾ ਹੀ ਬਹੁਤ ਵਧੀਆ ਆ ਗਈ ਯਾਰ ਇਹ ਤਾਂ ਚੜ ਲਿਆ ਲਿਆ ਵਾਹ ਜੀ ਵਾਹ ਨਜ਼ਾਰਾ ਹੀ ਬੰਨਿਆ ਪਿਆ ਉਰੇ ਤਾਂ ਟਰੈਕਿੰਗ ਤਾਂ ਟਰੈਕਿੰਗ ਹੈ ਬਹੁਤ ਵਧੀਆ ਇੱਥੇ ਤਾਂ ਜੰਗਲ ਜਾ ਕੇ ਪੂਰੀ ਸਿਰਾ ਗੱਲਬਾਤ ਹੋਈ ਪਈ ਆ ਦੇਖੋ ਨਜ਼ਾਰਾ ਆਸੇ ਪਾਸੇ ਮੰਦਰ ਵੀਡੀਓ 'ਚ ਨਹੀਂ ਉਹ ਬੋਲਣਾ ਕੁਛ ਵੀ ਗਲਤ ਫਲਤ ਨਜ਼ਾਰੇ ਹੀ ਬੰਨੇ ਪਏ ਨੇ ਐਂਡ ਲੱਗਿਆ ਪਿਆ ਜੀ ਜਮਾਂ ਹੀ ਜੰਗਲਾਂ ਦੇ ਵਿੱਚ ਤਾਂ ਇੰਨਾ ਵਧੀਆ ਵਿਊ ਪਹਿਲੀ ਵਾਰੀ ਦੇਖਿਆ ਜ਼ਿੰਦਗੀ ਵਿੱਚ ਹੋਰ ਕੀ ਵਿਊ ਬਹੁਤ ਸੋਹਣਾ ਜੰਗਲਾਂ ਦੇ ਵਿੱਚ ਆਏ ਹਾਏ ਵਾਹ ਬਈ ਵਾਹ ਦੇਖੋ ਜੀ ਹੁਣ ਅਸੀਂ ਟਰੈਕਿੰਗ ਕਰਕੇ ਉੱਥੇ ਜਾਣਾ ਉੱਪਰ ਤੱਕ ਬੜੀ ਖਤਰਨਾਕ ਟਰੈਕਿੰਗ ਹੈ ਹੁਣ ਇੱਥੇ ਚੜ੍ਹ ਤਾਂ ਗਏ ਹੁਣ ਉਤਰਨਾ ਬੜਾ ਔਖਾ ਟਾਸਕ ਆ ਸਭ ਤੋਂ ਆਹ ਦੇਖੋ ਸਾਰੇ ਇੰਨੀ ਔਖੀ ਟਰੈਕਿੰਗ ਹੱਥ ਲੱਗ ਗਏ ਕੰਨਾਂ ਨੂੰ ਅੱਗੇ ਤੋਂ ਤਾਂ ਨਹੀਂ ਜਾਂਦਾ ਮੈਂ ਉਰੇ ਅਸੀਂ ਆ ਗਏ ਹਡਿੰਬਾ ਐਡਵੈਂਚਰ ਪਾਰਕ 'ਚ ਇੱਥੇ ਅਲੱਗ ਅਲੱਗ ਐਡਵੈਂਚਰ ਹੈਗੀਆਂ ਨੇ ਕਰਨ ਨੂੰ ਐਕਟੀਵਿਟੀਜ਼ ਸਭ ਤੋਂ ਪਹਿਲਾਂ ਵਾਲੀ ਦੇਖੋ ਨਿਸ਼ਾਨਾ ਲਗਾਉਣ ਲੱਗੇ ਬੋਲ ਨਾਲ ਦੋ ਰਹਿ ਗਏ ਤੀਜਾ ਚਾਂਸ ਆ ਟੇਬਲ 'ਤੇ ਨੀਚੇ ਕਰਨ ਜਾਈਏ ਫਿਰ ਤੈਨੂੰ ਪਹਿਲਾਂ ਕਿਹਾ ਸੀ ਮੈਂ ਇੱਕ ਰਹਿ ਗਿਆ ਮੈਂਬਰ ਇੱਕ ਲੋ ਜਾ ਇੱਕ ਵੈਸੇ ਲਗਾ ਕੇ ਦੇਖ ਲਓ ਨਾ ਬਸ ਮੈਂ ਲਾਉਣਾ ਹੜਿੰਬਾ ਐਡਵੈਂਚਰਸ ਪਾਰਕ ਬੜਾ ਸੋਹਣਾ ਪਾਰਕ ਆ ਬਾਈ ਲਓ ਦੇਖੋ ਟੈਂਪਲ ਬਣੇ ਹੋਏ ਇੱਥੇ ਮਾਰੇ ਪਾਸ ਬੜਾ ਲੇਟ ਤਾਂ ਹੋਈ ਨੀ ਆਪਾਂ ਭਾਜੀ
मेरे जीजू गए थे केदारनाथ की विंटर ट्रैकिंग पे, बहुत मजा यहाँ तक बर्फ और बर्फ में सोए थे वो कैंप लगा के, वो स्लीपिंग बैग मिलते हैं ना जो। यार मेरी ना एक सेल्फी लेके मैं मेरे भाई को भेजना चाहती हूँ, मुझे कब से कह रहा है तू बर्फ में नहीं गई। यार कोई भी लोग ना लग गया ना, GoPro ले पहले मैं लेके आने लगे, मैं छड़ करूँ पहले एक बारी बना लिया फिर तो भाई उधर पैदल आ जाएंगे। बर्फ वाले कॉस्ट्यूम दे विच देखो तो भालू बन गए तो पूरे फड़ियों। माय नेम इज गुलाब। गुलाब को मेरा सर मैचिंग होगी मेरे को। कितने लोग आओगे? हाँ हाँ अरे हाँ हाँ बताऊँगा, आ जाओ भाई वीडियो च आप पता आगे कॉस्ट्यूम च। मोटर बाइक लो जी आ गए सोलांग वैली, देखो बर्फ का नज़ारा इतने का पूरा, पहली बारी देख रहे हैं बड़ा मज़ा आ रहा पूरे बर्फ वाले सूट के, पहली बारी देख रहे हैं जी बर्फ, इदा लगता जन्ना तो जा गया मैं। सौ दो सौ ज्यादा ले लो पर लैंड करा दो भाई, सौ दो सौ ज्यादा ले लो। ओए ओ तेरी ओ लत्तां थल्ले लग गई ओदियां। भाई जी नज़ारा आया पाया पूरा बर्फ च, पहली बारी आए हैं उरे तो सिरे ही लग्या पाया, पैराग्लाइडिंग आप कर ली है, रोप वे कर ली आप, हुण स्नो च खेड रहे हैं। हो तेरा ही लगे आ। देखो जी असी आए हैं किया कैंप च, असी रात इतें रहे कैंपा के, देखो पिछे कैंप बने हुए हैं
अलग अलग कैंप ने सारे सामने ये हैगी है जी कैंप जिथे असी रात रुके से। हाँ ये कैंप बने हुए तो लोकेशन बहुत वधिया वो सामने हैगी रिवर ये देखो जी रिवर बहुत वधिया व्यू है इत्थे ਸੋਣੀਏ ਬਣਾਉਂਦੇ ਜਾਣ ਜਾ ਤੇਰੇ ਬੋਲ ਦੇ ਬੋਲ ਸੁਣ ਕੇ।